ਸਪਾਇਰਲ ਸਨੇਕ ਜਾਂ ਮੁੜਿਆ ਹੋਇਆ ਸੱਪ ਇੱਕ ਹੈਰਾਨੀਜਨਕ ਖਿਡੌਣਾ ਹੈ। ਤੁਹਾਨੂੰ ਤਾਰ, ਮੋਤੀ, ਪੈਨਸਿਲ, ਰੰਗੀਨ ਸਟ੍ਰਾਅ ਅਤੇ ਕੈਂਚੀ ਦੀ ਲੋੜ ਹੈ। 50 ਸੈਂਟੀਮੀਟਰ ਲੰਬੀ ਤਾਰ ਪੈਨਸਿਲ 'ਤੇ ਚੜਾ ਲਵੋ ਤਾਂ ਜੋ ਸਪ੍ਰਿੰਗ ਬਣਾਇਆ ਜਾ ਸਕੇ। ਸਪ੍ਰਿੰਗ ਨੂੰ ਬਾਹਰ ਕੱਢ ਲਵੋ, ਸਪ੍ਰਿੰਗ ਦੇ ਦੋਨੋਂ ਕੋਨਿਆਂ ਨੂੰ ਜੋੜ ਲਵੋ ਤਾਂ ਜੋ ਸਪਾਇਰਲ ਬਣ ਜਾਵੇ। ਹੁਣ ਰੰਗਦਾਰ ਸਟ੍ਰਾਅ ਦੇ ਟੁਕੜੇ ਵੀ ਉਸ ਵਿੱਚ ਬੰਨ ਦਿਓ। ਦੋਨੋਂ ਕੋਨਿਆਂ 'ਤੇ ਇੱਕ ਇੱਕ ਮੋਤੀ ਲਗਾ ਦਿਓ। ਇਹ ਮੋਤੀ ਸਟ੍ਰਾਅ ਦੇ ਟੁਕੜਿਆਂ ਨੂੰ ਡਿੱਗਣ ਤੋਂ ਬਚਾਵੇਗਾ। ਹੁਣ ਇਹ ਸਪਾਇਰਲ ਸੱਪ ਘੁੰਮਣ ਫਿਰਨ ਲਈ ਤਿਆਰ ਹੈ। ਇਸ ਖਿਡੌਣੇ ਨੂੰ ਵਰਟੀਕਲੀ ਪਕੜੋ। ਹੁਣ ਤੁਸੀਂ ਸਟ੍ਰਾਅ ਦੇ ਟੁਕੜੇ ਲਿਕੁਇਡ ਕ੍ਰਿਸਟਲਸ ਦੀ ਤਰ੍ਹਾਂ ਹਿਲਦੇ ਵੇਖ ਸਕਦੇ ਹੋ।